सिद्धू के फैंस ਨੂੰ ਬੇਨਤੀ ਹੈ ਕਿ ਇਹ ਵੀਡੀਓ ਤੋਂ ਦੂਰ ਰਹਿਣ ਕਿਉਂਕਿ ਇਹ ਵੀਡੀਓ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕਰਕੇ ਬਣਾਈ ਗਈ। ਸੋ ਗੱਲ ਕਰੀਏ ਇਸ ਪਾਣੀ ਵਾਲੀ ਟੈਂਕੀ ਜੀ ਦੀ, ਤਾਂ ਮੈਂ ਇੱਕੋ ਗੱਲ ਕਹਿਣੀ ਚਾਹੂੰਗਾ ਕਿ ਭਾਈ ਸਾਹਿਬ ਬਾਕੀ ਸਿੰਗਰਾਂ ਨੂੰ ਰਿਪਲਾਈ ਕਰ ਕਰਕੇ ਰੋਟੀਆਂ ਕੌਣ ਸੇਕ ਰਿਹਾ, ਹੁਣ ਤੂੰ ਸੇਕ ਰਿਹਾ ਕਿ ਉਹ ਬਾਕੀ ਸਿੰਗਰ ਸੇਕ ਰਿਹਾ, ਹਰ ਇੱਕ ਗਾਣੇ 'ਚ ਤੇਰਾ ਰਿਪਲਾਈ ਹੁੰਦਾ, ਕਦੀ ਤੂੰ ਉਹਨਾਂ ਦਾ ਪ੍ਰਾਹੁਣਾ ਬਣ ਜਾਣਾ, ਕਦੀ ਕੁਝ ਬਣ ਜਾਣਾ। ਹੁਣ ਇਸ ਗਾਣੇ ਦੇ ਵਿੱਚ ਇਸਨੇ ਬੱਬੂ ਮਾਨ ਨੂੰ ਵੀ ਰਿਪਲਾਈ ਕੀਤਾ ਕਿ ਬੀਪੀ ਦੀਆਂ ਲੈਂਦੇ ਗੋਲੀਆਂ ਜੁੰਡੇ 'ਚ ਖਿਲਾਰੀ ਗਈ ਫਿਰਦੇ, ਉਹ ਭਰਾਵਾ ਉਹ ਤਾਂ ਤੇਰੇ ਬਾਰੇ ਕੁਝ ਬੋਲਿਆ ਹੀ ਨਹੀਂ, ਉਹ ਲੱਲੀ ਛੱਲੀ ਨੂੰ ਰਿਪਲਾਈ ਕਰਦਾ ਹੀ ਨਹੀਂ ਹੈ ਭਰਾਵਾ, ਤੈਨੂੰ ਕੀ। ਗਾਣੇ 'ਚ ਇੱਕ ਹੋਰ ਬੜਾ ਅਜੀਬ ਜਿਹਾ ਕਰੈਕਟਰ ਬਣਾਇਆ ਗਿਆ ਜਿਹਦੀ ਮੋਸ਼ਨ ਆਈ ਵੱਢ ਦਿੰਦਾ ਅਤੇ ਅੱਧੀ ਮੋਸ਼ਨਾਂ ਪੂਰੇ ਗਾਣੇ 'ਚ ਤੁਰਿਆ ਫਿਰਦਾ ਰਹਿੰਦਾ, ਮਤਲਬ ਕੁਝ ਵੀ। ਇਹਦੇ ਜਿੰਨੇ ਵੀ ਚਮਚੇ ਚੁਮਚੇ ਨੂੰ ਸਲਾਹ ਦਿਓਗੇ ਭਾਈ ਸਾਹਿਬ ਟੋਪਿਕ ਕੋਈ ਚੇਂਜ ਕਰ ਲਾ, ਕੋਈ ਕਿਸਾਨੀ 'ਤੇ ਕੋਈ ਗਾਣਾ ਗਾ ਲਾ, 30 ਗਾਣੇ ਦੀ ਐਲਬਮ ਕੱਢਦੀ ਹੈ ਕਿਸਾਨੀ, ਤਾਂ ਮੈਨੂੰ ਲੱਗਦਾ ਇੱਕ ਵੀ ਗਾਣਾ ਨਹੀਂ ਹੋਣਾ ਇਹਦੇ 'ਚ। ਕੀ ਗੱਲ, ਦੂਜੇ ਪਾਗਲ ਇਨਸਾਨ ਜਿਹੜੇ ਦਿੱਲੀ ਜਾ ਕੇ ਬੈਠੇ ਇੰਨੇ ਚਿਰ ਦੇ, ਇੱਕ ਹੈਗੀ ਜਮਦੂਦ ਜਾਂਚ। ਸੋ ਇੱਕ ਗੱਲ ਇੱਕ ਹੋਰ ਕਿ ਇੰਟਰੋ ਦੇ ਵਿੱਚ ਇਹ ਕਹਿੰਦਾ ਕਿ ਬੁੱਧੀਜੀਵੀ ਇਸ ਵੀਡੀਓ ਤੋਂ ਦੂਰ ਰਹਿਣ, ਇਸ ਐਲਬਮ ਤੋਂ ਦੂਰ ਰਹਿਣ, ਅਤੇ ਹਰ ਗਾਣੇ ਪਿੱਛੇ ਹੱਥ ਜੋੜ ਕੇ ਕਹਿੰਦਾ ਵੀ ਹੈ ਕਿ ਮੇਰਾ ਇਹ ਗਾਣਾ ਸੁਣ ਲਿਓ।